है लोग जाने ही गीत है। ये तो ब्रह्म विचार, ये तो ब्रह्म विचार लोग जाने ही गीत है, लोग जाने ही गीत है, लोग जाने ही गीत है। एक ओंकार सतनाम, सतनाम कर्ता पुरख, कर्ता पुरख निर्भौ, निर्भौ निर्वैर, निर्वैर अकाल मूरत, अकाल मूरत अजूनी, अजूनी सैभं, सैभं गुरप्रसाद, गुरप्रसाद वाहिगुरु, वाहिगुरु वाहिगुरु, वाहिगुरु वाहिगुरु, वाहिगुरु वाहिगुरु, वाहिगुरु वाहिगुरु जी का खालसा, वाहिगुरु जी की फतेह। अंग है 144, श्लोक महला पहला। शीहां बाजां चरगां कुहियां इना खवाले का। श्लोक महला पहला, श्लोक महला पहला। सिंहां बाजां चरगां कुइयां, सिंहां बाजां चरगां कुइयां इना खवाले का, इना खवाले का। का खान तिना मास खवाले, का खान तिना मास खवाले। ये चलाएरा, ये चलाएरा नदियां विच टिब्बे दिखाले, नदियां विच टिब्बे दिखाले। थली करे असगाहा, थली करे असगाहा ईड़ा थाप दे पातशाही, ईड़ा थाप दे पातशाही। लश्कर करे स्वाहा, लश्कर करे स्वाहा जेते जी जीवै लै साहा, जेते जी जीवै लै साहा जिवाले ताके आसाहा, जिवाले ताके आसाहा। नानक ज्यों ज्यों सच्चे पावै, नानक ज्यों ज्यों सच्चे पावै त्यों त्यों दे गिराहा, त्यों त्यों दे गिराहा। महला पहला, महला पहला। एक मास हारी एक तिण, एक तिण खाए, एक मास इकना छति अमृत पाहे, इकना छति अमृत पाहे। एक मिटियां मह मिटियां खाए, एक मिटियां मह मिटियां खाए। एक पौन सुमारी पौन सुमार, एक पौन सुमारी पौन सुमार। एक निरंकारी नाम धार, एक निरंकारी नाम धार। जीव दाता मरे न कोए, जीव दाता मरे न कोए। नानक मुठे जाहे नाही मन सोए, नानक मुठे जाहे नाही मन सोए। पौड़ी पौड़ी पूरे गुर की कार कर्म कमाई है, पूरे गुर की कार कर्म कमाई है। गुरमती ना गुरमती आप गवाए, गुरमती आप गवाए। नाम त्याई है, नाम त्याई है। दूजी कारे लग जन्म गवाई है, दूजी कारे लग जन्म गवाई है। बिन नावे सब विस, बिन नावे सब विस, बिन नावे सब विस।
ਖਾਈਐ ਅਜੈ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਬਿਨ ਸਤਿਗੁਰ ਸੇਵੇ ਨਾਹੀ ਸਤਿਗੁਰ ਸੇਵੇ ਨਾਹੀ ਸੁਖਨਿਵਾਸ ਸੁਖਨਿਵਾਸ ਬਿਨ ਸਤਿਗੁਰ ਸੇਵੇ ਨਾਹੀ ਸੁਖਨਿਵਾਸ ਬਿਨ ਸਤਿਗੁਰ ਸੇਵੇ ਨਾਹੀ ਸੁਖਨਿਵਾਸ ਫਿਰ ਫਿਰ ਆਈਐ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਦੁਨੀਆ ਖੋਟੀ ਰਾਸ ਗੁੜ ਕਮਾਈਐ ਗੁੜ ਕਮਾਈਐ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ। ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਗੱਲ ਖਾਣ ਪਹਿਨਣ ਦੀ ਕਰਦੇ ਨੇ, ਕਿਉਂਕਿ ਅਸੀਂ ਧਰਮ ਨੂੰ ਖਾਣ ਤੇ ਪਹਿਨਣ ਨਾਲ ਹੀ ਜੋੜ ਲਿਆ। ਆਹ ਖਾਣਾ ਧਰਮ ਹੈ, ਆਹ ਖਾਣਾ ਅਧਰਮ ਹੈ, ਆਹ ਪੀਣਾ ਧਰਮ ਹੈ, ਆਹ ਪਹਿਣਾ, ਤੇ ਆਪਣੇ ਆਪ ਨੂੰ ਇਹ ਕਰਕੇ ਅਸੀਂ ਦੂਜਿਆਂ ਨਾਲੋਂ ਉੱਚਾ ਪਿਆ ਸਮਝਣ ਲੱਗ ਜਾਂਦੇ ਹਾਂ ਕਿ ਮੈਂ ਤਾਂ ਜੀ ਕਦੇ ਆਹ ਨਹੀਂ ਖਾਧਾ, ਮੈਂ ਦੂਜਿਆਂ ਨਾਲੋਂ ਜ਼ਿਆਦਾ ਸਪੱਸ਼ਟ ਹੋ ਗਿਆ, ਮੈਂ ਕਦੇ ਆਹ ਨਹੀਂ ਪਹਿਨੇ ਆ, ਮੈਂ ਦੂਜਿਆਂ ਨਾਲੋਂ ਜ਼ਿਆਦਾ ਉੱਚਾ ਹੋ ਗਿਆ। ਮਾਰੇ ਕਹਿੰਦੇ ਨਹੀਂ ਭਾਈ, ਇਹ ਖਾਣ ਪਹਿਣ ਦਾ ਜਿਹੜਾ ਰਾਹ ਹੈ ਇਹ ਮਾਲਕ ਦੇ ਹੱਥ ਹੈ। ਇਹ ਕਦੋਂ ਕੀ ਕਰਾ ਦੇ ਕੁਝ ਨਹੀਂ ਸਮਝ ਸਕਦਾ ਬੰਦਾ, ਮਤ ਕਿਤੇ ਜਾਣੇ ਇਸ ਗੱਲ ਦਾ ਹੰਕਾਰ ਕਰੀ ਬੈਠੇ ਬੰਦਾ ਕਿ ਮੈਂ ਤਾਂ ਜੀ ਸਾਰੀ ਉਮਰ ਆਹ ਚੀਜ਼ ਨਹੀਂ ਖਾਧੀ। ਜਿਹੜਾ ਬੰਦਾ ਕਹਿੰਦਾ ਹੈ ਇਹ ਗੱਲ ਕਿ ਮੈਂ ਸਾਰੀ ਉਮਰ ਆਹ ਚੀਜ਼ ਨਹੀਂ ਖਾਧੀ, ਇਹਦਾ ਮਤਲਬ ਸਾਰੀ ਉਮਰ ਧਿਆਨ ਉਹਦਾ ਉਹਦੇ 'ਚ ਰਿਹਾ ਹੈ। ਕਿਉਂਕਿ ਜਦੋਂ ਵੀ ਕਲਾਸਾਂ ਸ਼ੁਰੂ ਹੁੰਦੀਆਂ ਨੇ, ਜਦੋਂ ਵੀ ਗੁਰਬਾਣੀ ਦੀ ਗੱਲ ਹੁੰਦੀ ਹੈ, ਅਸੀਂ ਵੇਖਦੇ ਹਾਂ ਇਸ ਗੱਲ ਨੂੰ, ਸਭ ਤੋਂ ਪਹਿਲਾਂ ਸਵਾਲ ਹੀ ਇਹ ਹੁੰਦੇ ਨੇ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ, ਆਹ ਚੀਜ਼ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਪੁੱਛੀਦਾ ਕਿ ਮਹਾਰਾਜ ਜੀ ਕਹਿੰਦੇ ਹਰਾਮ ਦੀ ਖਾਣੀ ਨਹੀਂ ਖਾਣੀ ਚਾਹੀਦੀ, ਜਿਹੜਾ ਠੱਗੀ ਦਾ ਝੂਠ ਬੋਲ ਮਰਦਾਰ ਖਾਏ, ਝੂਠ ਮਾਰ ਕੇ ਠੱਗੀ ਮਾਰ ਕੇ ਕਮਾਈ ਨਾ ਕਰ, ਇਹ ਨਹੀਂ ਕਦੇ ਕਿਸੇ ਨੇ ਪੁੱਛਿਆ ਵੀ ਅਸੀਂ ਰਿਸ਼ਵਤ ਲੈ ਕੇ ਘਰੇ ਜੀ ਉਹਦੀ ਖੀਰ ਬਣਾ ਲੈਂਦੇ ਹਾਂ ਜੀ ਫਿਰ ਉਹ ਠੀਕ ਹੈ ਜੀ। ਜੇ ਅਸੀਂ ਕਿਸੇ ਦਾ ਖੂਨ ਨਿਚੋੜ ਕੇ ਕਿਸੇ ਦਾ ਹੱਕ ਮਾਰ ਕੇ ਫਲ ਲੈ ਕੇ ਆਉਂਦੇ ਹਾਂ, ਫਲ ਥੋੜ੍ਹੀ ਨੇ ਉਹ ਤੇ ਅਸਲੀ ਮਿਲਿਆ ਚ ਮਾਸ ਹੈ। ਹੁਣ ਇੱਥੇ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਗੱਲ ਨੂੰ ਕਿ ਉਹ ਬਾਦਸ਼ਾਹ ਬੜਾ ਬੇਅੰਤ ਹੈ, ਬਹੁਤ ਬੇਅੰਤ ਹੈ, ਉਹ ਕਦੋਂ ਕੀ ਕਰਦਾ ਹੈ ਕੁਝ ਨਹੀਂ ਪਤਾ ਲੱਗਦਾ ਇਹਦੇ ਬਾਰੇ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹ। ਸ਼ੀਂ ਸ਼ੇਰ, ਬਾਜ, ਚਰਗ, ਕੂਹੀਆਂ ਇਹ ਬਾਜ ਦੀਆਂ ਕਿਸਮਾਂ ਨੇ ਜਿਹੜੇ ਕਿ ਮਾਸਾਹਾਰੀ ਜਾਨਵਰ ਨੇ। ਇਹਨਾਂ ਖਵਾਲੇ ਘਾਹ, ਕਹਿੰਦੇ ਜਦੋਂ ਉਹ ਆਪਣੀ ਆਈ 'ਤੇ ਆ ਜਾਏ ਨਾ ਇਹਨਾਂ ਨੂੰ ਘਾਹ ਖਾਣ ਲਾ ਦਿੰਦਾ। ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ, ਅਤੇ ਜਿਹੜੇ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਾਣ ਲਾ ਦਿੰਦਾ, ਇਹ ਰਾਹ ਪਾ ਦਿੰਦਾ। ਉਹ ਕਦੋਂ ਕੀ ਕਰਦਾ, ਮਤ ਇਸ ਗੱਲ ਦਾ ਹੰਕਾਰ ਜਾਂ ਮਾਣ ਕਰ ਬੈਠੀ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ, ਜਿੱਥੇ ਅੱਜ ਨਦੀਆਂ ਪੀਆਂ ਚੱਲਦੀਆਂ ਉੱਥੇ ਕੱਲ੍ਹ ਨੂੰ ਟਿੱਬੇ ਹੋ ਸਕਦੇ ਨੇ, ਜਿੱਥੇ ਥਲ ਹੈ ਉੱਥੇ ਅਸਗਾ ਉੱਥੇ ਸਮੁੰਦਰ ਹੋ ਸਕਦੇ। ਇਹ ਆਪਾਂ ਸਾਇੰਟੀਫਿਕ ਤੌਰ 'ਤੇ ਵੀ ਜਾਣਦੇ ਹਾਂ, ਜਿੱਥੇ ਅੱਜ ਡਿਜੀਟਲ ਨੇ
ਜਿੱਥੇ ਮਾਰੂ ਥਲ ਨੇ ਬੜੇ ਸਮੇਂ ਪਹਿਲਾਂ ਉੱਥੇ ਕਿਹੜੇ ਸਮੁੰਦਰ ਹੋਇਆ ਕਰਦੇ ਸਨ, ਅਤੇ ਜਿੱਥੇ ਅੱਜ ਪਹਾੜ ਨੇ ਉੱਥੇ ਪਹਿਲਾਂ ਸਮੁੰਦਰ ਸਨ, ਅੱਜ ਉੱਥੇ ਪਹਾੜ ਨੇ। ਇਹਦੇ ਬਾਰੇ ਕੋਈ ਕੁਝ ਨਹੀਂ ਸਮਝ ਸਕਿਆ ਕਦੋਂ ਉਹ ਤਬਦੀਲੀ ਕਰ ਦਿੰਦਾ ਹੈ ਕਿਸੇ ਦੇ ਜੀਵਨ ਵਿੱਚ ਵੀ, ਕਿਸੇ ਦੀ ਬੋਲੀ ਵਿੱਚ ਵੀ, ਕਿਸੇ ਰਹਿਣ ਸਹਿਣ ਵਿੱਚ ਵੀ, ਕਿਸੇ ਦੇ ਦਿਮਾਗ ਨੂੰ ਕਦੋਂ ਘੁਮਾ ਦੇ, ਇਹਦੇ ਬਾਰੇ ਕੋਈ ਕੁਝ ਨਹੀਂ ਸਮਝ ਸਕਿਆ, ਕੋਈ ਕੁਝ ਨਹੀਂ ਜਾਣ ਸਕਿਆ। ਜਿਨ੍ਹਾਂ ਨੂੰ ਲੋਕ ਪਹਿਲਾਂ ਸ਼ੇਖ ਕਹਿੰਦੇ ਸਨ, ਸੱਜਣ ਠੱਗ ਵਰਗਿਆਂ ਨੂੰ, ਉਹ ਠੱਗ ਖਵਾਏ, ਗੁਰੂ ਨੇ ਕਿਰਪਾ ਕੀਤੀ, ਮੁੜ ਕੇ ਸੰਤ ਬਣ ਗਏ। ਚੰਗੇ ਚੰਗੇ ਭੂਮੀਏ ਚੋਰ ਵਰਗੇ ਪ੍ਰਚਾਰਕ ਬਣ ਗਏ। ਇਹ ਹੈ ਕਦੋਂ ਕਿਰਪਾ ਕਰੇ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਉਹ ਨਹੀਂ ਡਰਦਾ ਭਾਈ, ਉਹ ਕਦੋਂ ਕਿਰਪਾ ਕਰਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਕੀੜਿਆਂ ਨੂੰ ਜਿਹਨੂੰ ਲੋਕ ਕੀੜਾ ਮਕੌੜਾ ਸਮਝਦੇ ਨੇ, ਕਹਿੰਦੇ ਜਦੋਂ ਉਹ ਕਿਰਪਾ ਕਰਦਾ ਕਹਿੰਦੇ ਉਹ ਤੇ ਬਾਦਸ਼ਾਹ ਹੀ ਬਖਸ਼ ਦਿੰਦਾ। ਲੱਖਾਂ ਲਸ਼ਕਰ ਭਾਵੇਂ ਇੱਕ ਪਾਸੇ ਆਉਣ, ਕਹਿੰਦੇ ਸਵਾਹ ਕਰਨ ਲੱਗਿਆਂ, ਖਤਮ ਕਰਨ ਲੱਗਿਆਂ ਮਿੰਟ ਲਾਉਂਦਾ। ਜੇਤੇ ਜੀ ਜੀਵੈ ਲੈ ਸਾਹਾ, ਜੀਵਾਲੇ ਤਾਂ ਕੇ ਆਸਾ, ਕਹਿੰਦੇ ਜਿੰਨੇ ਵੀ ਜੀਵ ਸਾਹ ਲੈਂਦੇ ਆ, ਇਸ ਕਰਕੇ ਚੌਥੇ ਪਾਤਸ਼ਾਹ ਉਹ ਬਿਨਾਂ ਸਵਾਸ ਤੋਂ ਵੀ ਜਵਾ ਸਕਦਾ, ਉਹਦੇ ਲਈ ਕੋਈ ਵੱਡੀ ਗੱਲ ਨਹੀਂ। ਕਿ ਅਸਾ ਪ੍ਰਭਾਵ ਹੈ ਵੀ ਸਾਸ ਤੇ ਰੱਖ ਹੈ, ਉਹ ਜਦੋਂ ਕਿਰਪਾ ਕਰਦਾ ਉਹ ਜਿਹਨੂੰ ਉਹਨੇ ਜੀਵਨ ਦੇਣਾ ਕਹਿੰਦੇ ਬਿਨਾਂ ਸਵਾਸ ਤੋਂ ਵੀ ਰੱਖ ਲੈਂਦਾ। ਫਿਰ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਕਿ ਅਸਾ ਤੋਂ ਭਾਵ ਉਹਦੇ ਲਈ ਕੋਈ ਵੱਡੀ ਗੱਲ ਨਹੀਂ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗ੍ਰਾਹ, ਜਿਵੇਂ ਜਿਵੇਂ ਉਹ ਭਾਉਂਦਾ ਉਸੇ ਉਸੇ ਤਰ੍ਹਾਂ ਉਹ ਬਰਾਸ ਭਾਵ ਉਹ ਰਜਕ ਪਾਣੀ ਪਹੁੰਚਾਉਂਦਾ, ਉਹ ਮਾਲਕ ਉਹ ਪ੍ਰਭੂ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ, ਉਹ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉਹਨਾਂ ਨੂੰ ਰਿਜਕ ਪਹੁੰਚਾ ਰਿਹਾ। ਤੇ ਮਤ ਕੋਈ ਜਾਣੇ ਕਿ ਮੈਂ ਆਪਣੇ ਬਲਬੂਤੇ ਨਾਲ, ਆਪਣੀ ਖੁਰਾਕ ਨਾਲ ਤਾਕਤਵਰ ਹੋ ਜਾਵਾਂਗਾ, ਨਹੀਂ। ਜਿਹੜੀ ਤਾਕਤ ਹੈ ਖੁਰਾਕਾਂ ਨਾਲ ਨਹੀਂ, ਤਾਕਤ ਆਤਮਕ ਤੌਰ ਤੇ ਜ਼ਮੀਰ ਨਾਲ ਆਉਂਦੀ ਹੈ। ਜਿਹੜੀ ਤਾਕਤ ਹੈ ਸਾਡੇ ਅੰਦਰ ਲਈ, ਉਹ ਸਾਡੀ ਅੰਦਰ ਲਈ ਜਿਹੜੀ ਤਾਕਤ ਹੈ ਉਹ ਜ਼ਮੀਰ ਹੌਸਲੇ। ਡੱਲੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਗੱਲ ਸਮਝਾਈ ਸੀ ਕਿ ਡੱਲਿਆ ਜਿਹੜੀਆਂ ਲੜਾਈਆਂ ਨੇ ਉਹ ਹੌਸਲੇ ਨਾਲ ਲੜੀਆਂ ਜਾਂਦੀਆਂ ਨੇ, ਸਰੀਰਾਂ ਨਾਲ ਨੇ। ਅੱਜ ਵੀ ਜਿਹੜੀ ਸਾਡੀ ਲੜਾਈ ਹੈ ਉਹ ਵਿਚਾਰਾਂ ਦੀ ਹੈ, ਹਥਿਆਰਾਂ ਦੀ ਨਹੀਂ। ਮਹਾਰਾਜ ਨੇ ਸਾਨੂੰ ਵਿਚਾਰ ਕਰਨ ਦੀ ਗੱਲ ਕਹੀ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾ। ਮਹਾਰਾਜ ਕਹਿੰਦੇ ਬਹਿ ਕੇ ਵਿਚਾਰ ਕਰ, ਬਹਿਸਾਂ ਨਾ ਕਰਨ ਬਹਿ ਜਾ। ਅਸੀਂ ਬਹਿਸਾਂ ਵਿੱਚ ਵਿਸ਼ਵਾਸ ਰੱਖਦੇ ਹਾਂ, ਬਹਿਸ ਤੇ ਵਿਚਾਰ ਵਿੱਚ ਬਹੁਤ ਫਰਕ ਹੈ। ਕਹਿੰਦੇ ਬਹਿਸ ਕਰਦਿਆਂ ਹੋਇਆਂ ਤੁਸੀਂ ਆਪਣੇ ਮਿੱਤਰ ਨੂੰ ਵੀ ਦੁਸ਼ਮਣ ਬਣਾ ਲੈਂਦੇ ਹੋ, ਤੇ ਵਿਚਾਰ ਕਰਦਿਆਂ ਹੋਇਆਂ ਦੁਸ਼ਮਣ ਨੂੰ ਵੀ ਮਿੱਤਰ ਬਣਾ ਲੈਂਦੇ ਹੋ। ਇਸ ਕਰਕੇ ਸਾਨੂੰ ਵਿਚਾਰ ਕਰਨ ਦੀ ਮਹਾਰਾਜ ਗੱਲ ਕਰਦੇ ਨੇ ਇੱਥੇ, ਕਿ ਮਤ ਕੋਈ ਜਾਣੇ ਕਿ ਕੋਈ ਖਾਸ ਖੁਰਾਕ ਖਾ ਕੇ ਹੀ ਉਸ ਮਾਲਕ ਨੂੰ ਮਿਲਿਆ ਜਾਂਦਾ, ਇਹ ਜਿਹੜੀਆਂ ਖੁਰਾਕਾਂ ਨੇ ਇਹ ਉਸ ਮਾਲਕ ਵੱਲੋਂ ਹੀ ਬਖਸ਼ਿਸ਼ ਹੈ। ਕਿਹੜੇ ਜੀਵ ਨੂੰ ਕੀ ਦੇ ਰਿਹਾ ਇਹ ਤੇ ਕਹਿੰਦੇ ਉਹਦੀ ਮਰਜ਼ੀ, ਉਹ ਕਦੋਂ ਕੀ ਕਰਦਾ ਹੈ ਇਹਦੇ ਬਾਰੇ ਕੋਈ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਅਗਲੀ ਮਹਾਰਾਜ ਗੱਲ ਫਿਰ ਕਰਦੇ ਨੇ, ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ। ਹੁਣ ਇੱਕ ਜੀਵ ਉਹ ਨੇ ਜਿਹੜੇ ਮਾਸ ਖਾਂਦੇ ਨੇ,
ਇੱਕ ਜੀਵ ਉਹ ਨੇੜੇ ਘਾਹ ਬੂਸੀ ਖਾਂਦੇ ਨੇ, ਹੈ ਤੇ ਉਹਦੇ ਜੀਵ ਨੇ, ਉਸ ਮਾਲਕ ਦੇ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਜੋਤ ਮਾਸ ਖਾਣਿਆਂ ਵਾਲਿਆਂ ਵਿੱਚ ਨਹੀਂ ਜਾਂ ਤ੍ਰਿਣ ਖਾਣ ਵਾਲਿਆਂ ਵਿੱਚ ਨਹੀਂ, ਉਹਦੀ ਜੋਤ ਤੇ ਸਾਰਿਆਂ 'ਚ। ਜੇ ਉਹਨੇ ਹਿਰਨ ਪੈਦਾ ਕੀਤੇ ਨੇ ਤਾਂ ਸ਼ੇਰ ਵੀ ਪੈਦਾ ਕੀਤਾ, ਜੇ ਸ਼ੇਰ ਪੈਦਾ ਕੀਤਾ ਤਾਂ ਅੱਗੋਂ, ਕਿਉਂਕਿ ਮਾਸਾਹਾਰੀ ਹੈ ਸ਼ੇਰ ਜਾਨਵਰ, ਉਹਦਾ ਭੋਜਨ ਵੀ ਤਾਂ ਉਹਨੇ ਪੈਦਾ ਕੀਤਾ। ਪਰ ਨਾਲ ਦੋਵਾਂ ਨੂੰ ਸ਼ਕਤੀ ਵੀ ਦਿੱਤੀ, ਹਿਰਨ ਨੂੰ ਭੱਜਣ ਦੀ ਸ਼ਕਤੀ ਵੀ ਦਿੱਤੀ ਤੇ ਸ਼ੇਰ ਨੂੰ ਮਾਰਨ ਦੀ ਸ਼ਕਤੀ ਵੀ ਦਿੱਤੀ। ਇਹ ਉਹਦੀ ਖੇਡ ਨੂੰ ਹੁਣ ਤੱਕ ਨਹੀਂ ਕੋਈ ਸਮਝ ਸਕਿਆ, ਨਹੀਂ ਕੋਈ ਜਾਣ ਸਕਿਆ। ਇੱਕ ਛੱਤੀ ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਉਹ ਲੋਕ ਨੇ ਜਿਹਨਾਂ ਨੂੰ 36 ਪ੍ਰਕਾਰ ਦੇ ਭੋਜਨ ਨੇ ਮਿਲਦੇ ਨੇ। ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਹੁਣ ਇੱਕ ਐਸੇ ਜੀਵ ਨੇ ਜਿਹੜੇ ਮਿੱਟੀ 'ਚ ਰਹਿੰਦੇ ਨੇ, ਮਿੱਟੀ ਵੀ ਖਾਂਦੇ ਨੇ, ਮਿੱਟੀ ਹੀ ਉਹਨਾਂ ਦਾ ਭੋਜਨ ਹੈ। ਇੱਕ ਪੌਣ ਸਮਾਰੀ ਪੌਣ ਸਮਾਰ, ਤੇ ਇੱਕ ਉਹ ਜੀਵ ਨੇ ਇੱਕ ਉਹ ਮਨੁੱਖ ਨੇ ਜਿਹੜੇ ਪੌਣ ਹਾਰੀ ਨੇ, ਭਾਵ ਪ੍ਰਾਣਾਯਾਮ ਕਰਦੇ ਨੇ, ਪ੍ਰਾਣਾਯਾਮ ਦੁਆਰਾ ਆਪਣੀਆਂ ਉਮਰਾਂ ਵਧਾ ਲਈਆਂ, ਸਵਾਸ ਚੜਾ ਕੇ ਪ੍ਰਾਣਾਯਾਮ ਕਰਕੇ ਉਹ ਕੁਝ ਖਾਂਦੇ ਨਹੀਂ, ਕੁਝ ਪੀਂਦੇ ਨਹੀਂ, ਸਿਰਫ ਪੌਣ ਦੇ ਸਿਰ ਤੇ ਉਹ ਆਪਣਾ ਜੀਵਨ ਬਤੀਤ ਕਰਦੇ ਨੇ। ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਉਹ ਨੇ ਜਿਹੜੇ ਉਸ ਨਿਰੰਕਾਰ ਦਾ ਆਸਰਾ ਰੱਖ ਕੇ, ਸਿਰਫ ਨਾਮ ਦਾ ਆਸਰਾ ਹੈ, ਜੀਵੈ ਦਾਤਾ ਮਰੈ ਨਾ ਕੋਈ, ਕਹਿੰਦੇ ਉਹ ਜਿਹੜਾ ਦਾਤੇ ਨਾਲ ਜੁੜ ਗਿਆ ਉਹ ਤੇ ਜਿਉਂਦਾ ਹੈ ਸਹੀ ਮਨ ਚ ਆਤਮਕ ਤੌਰ ਤੇ, ਕਹਿੰਦੇ ਮਰੇਗਾ ਨਹੀਂ ਫਿਰ। ਨਾਨਕ ਮੁੱਠੇ ਜਾਹੀ ਨਾਹੀ ਮਨ ਸੋਏ, ਤੇ ਫਿਰ ਅਖੀਰ ਚ ਮਹਾਰਾਜ ਨੇ ਫੈਸਲਾ ਦਿੱਤਾ ਕਿ ਭਾਵੇਂ ਕੋਈ ਵੀ ਹੈ, ਉੱਪਰ ਦੱਸੇ ਕਿਸ ਤਰ੍ਹਾਂ ਵੀ ਬੰਦਾ ਰਹਿ ਰਿਹਾ, ਭਾਵੇਂ ਪੌਣ ਹਾਰੀ ਹੈ, ਭਾਵੇਂ ਮਾਸਾਹਾਰੀ ਹੈ, ਭਾਵੇਂ ਤ੍ਰਿਣਹਾਰੀ ਹੈ, ਕਹਿੰਦੇ ਠੱਗੇ ਗਏ ਕੌਣ ਜੈ ਨਾਹੀ ਮਨ ਸੋਏ। ਜਿਨ੍ਹਾਂ ਦੇ ਮਨ ਵਿੱਚ ਉਹ ਸੱਚਾ ਨਹੀਂ ਵਸਿਆ ਉਹ ਇਸ ਸੰਸਾਰ ਤੋਂ ਠੱਗੇ ਗਏ, ਉਹ ਸਿਰਫ ਖਾਣ ਪੀਣ ਤੱਕ ਹੀ ਸੀਮਿਤ ਰਹੇ, ਸਾਰੀ ਉਮਰ ਮੂੰਹ ਤੋਂ ਪੇਟ ਤੱਕ ਹੀ ਸੀਮਿਤ ਰਹੇ ਨੇ, ਇਸ ਤੋਂ ਅੱਗੇ ਗਏ ਹੀ ਨਹੀਂ ਕਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਇਸ ਨਾਲ ਹੀ ਜੁੜੇ ਰਹੇ, ਸਿਰਫ ਭੋਜਨ ਤੱਕ ਹੀ ਸੀਮਿਤ ਰਹੇ, ਉਹ ਠੱਗੇ ਗਏ ਭਾਈ, ਕਿਉਂਕਿ ਮਨ 'ਚ ਨਹੀਂ ਵਸਿਆ ਸਾਡੇ 'ਚ, ਸਾਡੇ ਮਨ ਵਿੱਚ ਤੇ ਸਿਰਫ ਖਾਣਾ ਹੀ ਵਸਿਆ ਹੋਇਆ, ਮਨ ਵਿੱਚ ਸਿਰਫ ਪਹਿਨਣਾ ਹੀ ਵਸਿਆ ਹੋਇਆ। ਮਹਾਰਾਜ ਕਹਿੰਦੇ ਭਾਈ ਉਹ ਸੰਸਾਰ 'ਚੋਂ ਆਪਣੀ ਜ਼ਿੰਦਗੀ 'ਚੋਂ ਠੱਗੇ ਗਏ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਪੂਰੇ ਗੁਰੂ ਦੀ ਕਾਰ ਜਿਹੜੀ ਹੈ ਨਾ, ਕਹਿੰਦੇ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਕਮਾਈ ਜਾ ਸਕਦੀ, ਉਹਦੀ ਕਿਰਪਾ ਹੈ, ਬਖਸ਼ਿਸ਼ ਕਰਦਾ ਤੇ ਉਸ ਕਾਰੀ ਬੰਦਾ ਲੱਗਦਾ। ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਤੇ ਗੁਰੂ ਦੀ ਕਾਰ ਕੀ ਹੈ, ਗੁਰੂ ਦੀ ਮੱਤ ਲੈ ਕੇ ਆਪਣੀ ਮੈਂ ਨੂੰ ਛੱਡਣਾ ਤੇ ਆਪਣੇ ਆਪ ਨੂੰ ਗਵਾਉਣਾ ਹੈ, ਸਹੀ ਮਨ ਵਿੱਚ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ, ਔਰ ਕੈਸੀ ਚਤੁਰਾਈ, ਚਲਾਕੀ ਵਾਲੀ ਕੋਈ ਗੱਲ ਨਹੀਂ, ਗੁਰੂ ਦੀ ਕਾਰ ਕਮਾਉਣ ਲਈ ਆਪਣੀ ਮੈਂ ਨੂੰ ਤਿਆਗਣਾ ਹੈ। ਦੂਜੀ ਕਾਰ ਹੈ ਲੱਗ ਜਨਮ ਗਵਾਈ ਹੈ, ਹਾਂ ਗੁਰੂ ਤੋਂ ਬਿਨਾਂ ਹੋਰ ਪਾਸੇ ਤੁਰ ਪਏ ਅਸੀਂ, ਦੂਜੀ ਕਾਲੇ ਲੱਗੇ, ਕਹਿੰਦੇ ਮਨੁੱਖਾ ਜਨਮ ਮਿਲਿਆ ਸੀ ਬੜਾ ਵਧੀਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਇੱਧਰੋਂ ਤੁਰ ਪਏ ਤੇ ਫਿਰ ਕੀ ਹੋਇਆ, ਮਨੁੱਖਾ ਜਨਮ ਮਿਲਿਆ ਸੀ ਗਵਾ ਲਿਆ। ਬਿਨ ਨਾਮ ਹੈ ਸਭ ਵਿਸ ਪੈਜੈ ਖਾਈਐ, ਨਾਮ ਤੋਂ ਬਿਨਾਂ ਸਾਰਾ ਕੁਝ ਹੀ ਜ਼ਹਿਰ ਹੈ, ਤੁਹਾਡੇ ਪਹਿਨਿਆ ਹੋਇਆ ਵੀ ਤੇ ਖਾਧਾ ਹੋਇਆ ਵੀ, ਜੋ ਵੀ ਖਾਧਾ ਚੰਗੇ ਤੋਂ ਚੰਗਾ, ਜੋ ਵੀ ਪਹਿਨਿਆ ਚੰਗੇ ਤੋਂ ਚੰਗਾ, ਪਰ ਨਾਮ ਤੋਂ ਬਿਨਾਂ ਗੁਣਾਂ ਤੋਂ ਹੀਣਾ ਮਨੁੱਖ, ਪਾਤਸ਼ਾਹ ਕਹਿੰਦੇ ਉਹ ਤੇ ਜ਼ਹਿਰ ਇਕੱਠੀ ਕਰ ਰਿਹਾ। ਸੱਚਾ ਸ਼ਬਦ ਸਲਾਏ ਸੱਚ ਸਮਾਈ ਹੈ, ਸੱਚੇ ਸ਼ਬਦ ਦੁਆਰਾ ਉਹਦੀ ਸਿਰਫ ਸਲਾਹ ਦੁਆਰਾ ਉਹਦੇ ਵਿੱਚ ਸਮਾਇਆ ਜਾ ਸਕਦਾ, ਸੱਚ ਵਿੱਚ ਸਚਿਆਰ ਬਣ ਕੇ ਹੀ।
ਬਿਨ ਸਤਿਗੁਰੂ ਸੇਵੇ ਨਾਹੀ ਸੁਖ ਨਿਵਾਸ। ਸਤਿਗੁਰੂ ਨੂੰ ਸਿਮਰੇ ਤੋਂ ਬਿਨਾਂ ਸੁੱਖਾਂ ਵਿੱਚ ਨਿਵਾਸ ਨਹੀਂ ਹੋ ਸਕਦਾ। ਭਾਵੇਂ ਕੋਈ 36 ਪ੍ਰਕਾਰ ਦੇ ਭੋਜਨ ਪਿਆ ਖਾਂਦਾ ਹੈ ਤੇ ਭਾਵੇਂ ਕੋਈ ਵਧੀਆ ਤੋਂ ਵਧੀਆ ਪਹਿਨਦਾ ਪਿਆ, ਉਹਦੇ ਨਾਲ ਸੁੱਖ ਨਹੀਂ ਜਦ ਤੱਕ ਸਤਿਗੁਰੂ ਨਾਲ ਨਹੀਂ ਜੁੜਦੇ। ਜਦ ਤੱਕ ਉਹ ਸੱਚ ਨਾਲ ਨਹੀਂ ਜੁੜਦੇ ਪਾਤਸ਼ਾਹ, ਉਹਨਾਂ ਦੇ ਸੁੱਖਾਂ ਵਿੱਚ ਨਿਵਾਸ ਹੋ ਹੀ ਨਹੀਂ ਸਕਦਾ। ਫਿਰ ਆਈ ਹੈ ਕਹਿੰਦੇ, ਇਸੇ ਕਰਕੇ ਫਿਰ ਆਉਂਦੇ ਹਾਂ ਕਿਉਂਕਿ ਅੰਦਰ ਹਉਮੈ ਹੈ, ਹੰਕਾਰ ਹੈ, ਜੰਮਦਾ ਹੈ, ਮਨੁੱਖ ਮਰਦਾ ਹੈ। ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਇਹ ਦੁਨੀਆਂ ਤੇ ਕਹਿੰਦੇ ਫਿਰ ਝੂਠ ਦੀ ਪੰਡ ਹੈ ਸਾਰੀ। ਇੱਥੇ ਕੀ ਕਮਾ ਲਿਆ ਫਿਰ? ਕਹਿੰਦੇ ਝੂਠ ਹੀ ਕਮਾਇਆ, ਹੋਰ ਕੁਝ ਵੀ ਨਾ ਕੱਟਿਆ। ਨਾਨਕ ਸੱਚ ਖਰਾ ਸਾਲਾਹੇ ਪਤ ਸਿਉ ਜਾਈਐ। ਤੇ ਗੁਰੂ ਨਾਨਕ ਪਾਤਸ਼ਾਹ ਮੈਂ ਕਿਹਾ ਭਾਈ ਸੱਚ ਖਰਾ ਸਾਲਾਹੇ, ਜਿਹੜੇ ਸਿਫ ਸਲਾਹ ਕਰਦੇ ਨੇ ਉਸ ਮਾਲਕ ਦੇ ਦਰ ਦੇ ਉੱਤੇ, ਉਹ ਦਰ ਦੇ ਉੱਤੇ ਖੜੇ ਨੇ, ਕਬੂਲ ਨੇ। ਤੇ ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਭਾਈ ਪਤ ਨਾਲ, ਇੱਜ਼ਤ ਨਾਲ, ਮਾਣ ਨਾਲ ਉਸ ਦਰ ਤੇ ਜਾਈਦਾ, ਆਪਣੀ ਮੈਂ ਨੂੰ ਛੱਡ ਕੇ ਜੋ ਗੁਰ ਕਹਿ ਸੋਈ ਭਲ ਮੰਨੋ। ਗੁਰੂ ਦੀ ਕਾਰ ਨੂੰ ਕਮਾਉਣਾ ਹੈ, ਕੱਲਾ ਪੜ੍ਹਨਾ ਹੀ ਨਹੀਂ, ਵਿਚਾਰਨਾ ਹੀ ਨਹੀਂ, ਉਹਨੂੰ ਕਮਾਉਣਾ ਹੈ। ਜਿਨ੍ਹਾਂ ਨੇ ਕਮਾਇਆ ਉਸ ਦਰ ਤੇ ਪਹੁੰਚ ਗਏ, ਉਹ ਦਰ ਦੇ ਉੱਤੇ ਕਬੂਲ। ਸਲੋਕ ਮਹਲਾ ਪਹਿਲਾ। ਦੁੱਧ ਭਾਵੇਂ ਤਾਂ ਵਾਵੇਂ ਗਾਵੇਂ, ਦੁੱਧ ਭਾਵੇਂ ਜਲ ਨਾਵੇਂ, ਜਾਂ ਦੁੱਧ ਭਾਵੇਂ ਤਾਂ ਕਰੇ ਤਪੂਤਾ, ਸਿੰਘੀ ਨਾਦ ਵਜਾਵੇਂ, ਜਾਂ ਦੁੱਧ ਭਾਵੇਂ ਤਾਂ ਪੜੇ ਕਿਤੇਬਾਂ, ਮੁੱਲਾ ਸ਼ੇਕ ਕਹਾਵੇਂ, ਜਾਂ ਦੁੱਧ ਪਾਵੇਂ ਤਾਂ ਹੋਵੇਂ ਰਾਜੇ, ਰਸ ਕਸ ਬਹੁਤ ਕਮਾਵੇਂ, ਜਾਂ ਦੁੱਧ ਪਾਵੇਂ ਤੇਗ ਵਗਾਵੇਂ, ਸਿਰ ਮੁੰਡੀ ਕੱਟ ਜਾਵੇਂ, ਜਾਂ ਦੁੱਧ ਪਾਵੇਂ ਜਾਹੇ ਜਸੰਤਰ, ਸੁਣ ਗੱਲਾਂ ਘਰ ਆਵੇਂ, ਜਾਂ ਦੁੱਧ ਪਾਵੇਂ ਨਾਏ ਰਚਾਵੇਂ, ਦੁੱਧ ਪਾਣੇ ਤੂੰ ਭਾਵੇਂ ਭਾਵੇਂ, ਨਾਨਕ ਏਕ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੇਂ। ਮਹਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸੱਚ ਸਭ ਕੋ ਸੱਚਾ, ਪੂਰਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ, ਨਾਨਕ ਸੱਚਾ ਆਪ, ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੇ ਕਾਰ, ਸੋ ਕਾਰ ਕਮਾਈਐ, ਸਤਿਗੁਰ ਹੋਏ ਦਿਆਲ,
ਲਾਹਾ ਭਗਤ ਸੋਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੈ ਦਰ ਜਾਏ ਸੱਚ ਸਿਵਾਈਐ ਸੱਚੇ ਅੰਦਰ ਮਹਿਲ ਸੱਚ ਬੁਰਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵੈ ਗਾਵੈ ਤੁਧ ਭਾਵੈ ਜਲ ਨਾਵੈ ਕਿਉਂਕਿ ਸੰਸਾਰ ਦੇ ਜਿੰਨੇ ਵੀ ਕਰਮ ਨੇ ਉਹਦੇ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਉਹਨੂੰ ਭਾਉਂਦਾ ਤੇ ਮਨੁੱਖ ਇੰਜ ਕਰਦਾ ਤੇ ਮਨੁੱਖ ਕਹਿੰਦਾ ਕਿ ਮੈਂ ਕਰਦਾ ਬਸ ਇਹ ਇੱਕ ਭਰਮ ਇੱਕ ਭੁਲੇਖਾ ਸਮਝੀ ਬੈਠਾ ਤੇ ਹਰ ਬੰਦਾ ਹੀ ਕਹਿੰਦਾ ਕਿ ਮੈਂ ਠੀਕ ਹਾਂ ਜੋ ਉਹ ਕਰ ਰਿਹਾ ਉਹ ਕਹਿੰਦਾ ਕਿ ਮੇਰਾ ਕੰਮ ਜਿਹੜਾ ਹੈ ਉਹ ਠੀਕ ਹੈ ਪਰ ਜੋ ਉਹਨੂੰ ਭਾਉਂਦਾ ਉਹੀ ਹੋ ਰਿਹਾ ਇਹ ਗੱਲ ਸਾਨੂੰ ਇੱਥੇ ਮਹਾਰਾਜ ਸਮਝਾਉਣੀ ਕਰਦੇ ਨੇ ਕਿ ਤੈਨੂੰ ਭਾਇਆ ਤੇ ਉਹ ਵਜਾਉਣ ਲੱਗ ਪਿਆ ਗਾਉਣ ਲੱਗ ਪਿਆ ਉਹ ਤੀਰਥਾਂ ਤੇ ਜਾ ਕੇ ਨਹਾਉਣ ਲੱਗ ਪਿਆ ਉਹਦੇ ਭਾਣੇ ਤੋਂ ਬਿਨਾਂ ਕੁਝ ਨਾ ਹੋਇਆ ਕਿਉਂਕਿ ਸਭ ਕੁਝ ਹੀ ਤੇਰੇ ਭਾਣੇ ਵਿੱਚ ਹੈ ਤੈਨੂੰ ਭਾਉਂਦਾ ਹੈ ਤੈਨੂੰ ਚੰਗਾ ਲੱਗਦਾ ਹੈ ਜਾਂ ਤੁਧ ਭਾਵ ਹੈ ਤਾਂ ਕਰੈ ਵਿਭੂਤਾ ਤੈਨੂੰ ਭਾਇਆ ਆ ਉਸ ਜੀਵ ਦੇ ਅੰਦਰ ਇਹ ਵਿਚਾਰ ਉਪਜਿਆ ਕਿ ਮੈਂ ਘਰ ਬਾਰ ਛੱਡ ਦਿਆਂ ਸਰੀਰ ਦੇ ਉੱਤੇ ਸੁਭਾਅ ਮਣ ਲਈ ਘਰ ਬਾਰ ਛੱਡ ਦਿੱਤਾ ਸਿਰਫ ਤੈਨੂੰ ਪ੍ਰਾਪਤ ਕਰਨ ਲਈ ਤੁਰਿਆ ਕਹਿੰਦੇ ਨਾ ਤੁਧ ਭਾਵ ਹੈ ਤਾਂ ਕਰੈ ਵਿਭੂਤਾ ਸਿੰਘੀ ਨਾਦ ਵਜਾਵੈ ਉਹ ਸਿੰਘੀ ਵਜਾਉਂਦਾ ਹੈ ਜੋਗੀ ਲੋਕ ਨੇ ਜਿਹੜੇ ਨਾਦ ਵਜਾਉਂਦੇ ਨੇ ਕਹਿੰਦੇ ਉਹ ਸਿਰਫ ਤੇਰੀ ਪ੍ਰਾਪਤੀ ਲਈ ਕਿਉਂਕਿ ਉਹ ਸੋਚਦੇ ਨੇ ਕਿ ਸ਼ਾਇਦ ਅਸੀਂ ਤੈਨੂੰ ਭਾ ਜਾਈਏ ਇਸ ਤਰ੍ਹਾਂ ਜਾਂ ਤੁਧ ਭਾਵ ਹੈ ਤਾਂ ਪੜ੍ਹੇ ਕਿਤੇਬਾਂ ਹਾਂ ਮੁੱਲਾ ਸ਼ੇਖ ਕਹਾਵੈ ਦੂਜੇ ਪਾਸੇ ਮੁਸਲਮਾਨਾਂ ਦੀ ਵੀ ਮਹਾਰਾਜ ਗੱਲ ਕਰਦੇ ਉਹਨੂੰ ਪਾਇਆ ਤੇ ਉਹ ਕਿਤੇਬਾਂ ਵੱਲ ਤੁਰਿਆ ਧਾਰਮਿਕ ਪੁਸਤਕਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਲੋਕ ਉਹਨਾਂ ਨੂੰ ਮੁੱਲਾ ਜੀ ਆਖਣ ਲੱਗ ਪਏ ਸ਼ੇਖ ਆਖਣ ਲੱਗ ਪਏ ਜਾਂ ਤੁਧ ਭਾਵ ਹੈ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੈ ਇਹਨੂੰ ਪਾਇਆ ਇਹ ਜੀਵ ਰਾਜਾ ਬਣ ਗਿਆ ਰਾਜੇ ਵਾਲੇ ਪਾਸ ਤੁਰ ਪਿਆ ਕਹਿੰਦੇ ਐਸ਼ ਪ੍ਰਸਤੀ ਵੱਲ ਤੁਰ ਪਿਆ ਰਸ ਕਸ ਖਾਣ ਪੀਣ ਤੱਕ ਸੀਮਤ ਜਾਂ ਤੁਧ ਭਾਵ ਹੈ ਤੇਗ ਵਗਾਵੈ ਸਿਰ ਮੁੰਡੀ ਕੱਟ ਜਾਵੈ ਕਹਿੰਦੇ ਤੇਰਾ ਹੁਕਮ ਹੋਇਆ ਦੇਖੋ ਕਿੰਨੀਆਂ ਲੜਾਈਆਂ ਹੋਈਆਂ ਕਹਿੰਦੇ ਮੈਦਾਨੇ ਜੰਗ ਵਿੱਚ ਤੇਗ ਚੱਲਦੀ ਹੈ ਸਿਰਾਂ ਤੋਂ ਧੜਾਂ ਤੋਂ ਸਿਰ ਲੱਥ ਜਾਂਦੇ ਨੇ ਜਾਂ ਤੁਧ ਭਾਵ ਹੈ ਜਾਏ ਦਸੰਤਰ ਸੁਣ ਗੱਲਾਂ ਘਰ ਆਵੈ ਜੇ ਤੈਨੂੰ ਪਾਇਆ ਜਦੋਂ ਕਹਿੰਦੇ ਤੁਰ ਪਿਆ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਵੱਖ ਵੱਖ ਥਾਵਾਂ ਤੇ ਘੁੰਮ ਕੇ ਗੱਲਾਂ ਸੁਣ ਕੇ ਮੁੜ ਘਰ ਆ ਗਿਆ ਆਪਣੇ ਗਿਆਨ ਵਿੱਚ ਵਾਧਾ ਕਰ ਬੈਠਾ ਜਾਂ ਤੁਧ ਭਾਵ ਹੈ ਨਾ ਇਹ ਰਚਾਵੈ ਹੁਣ ਇੱਥੇ ਮੈਂ ਕਹਿੰਦਾ ਜਦੋਂ ਤੈਨੂੰ ਭਾਵ ਆ ਤੇਰੇ ਨਾਮ ਵਿੱਚ ਲੱਗ ਗਏ ਉਦੋਂ ਜੁੜਿਆ ਮਨੁੱਖ ਇਹ ਵੀ ਤੇਰੇ ਭਾਣੇ ਵਿੱਚ ਹੀ ਤੈਨੂੰ ਪਾਇਆ ਤੇਰੇ ਭਾਣੇ ਵਿੱਚ ਹੀ ਚੱਲ ਰਿਹਾ ਸਾਰਾ ਕੁਝ ਤੁਧ ਭਾਣੇ ਤੂੰ ਭਾਵ ਹੈ ਜੋ ਤੇਰੇ ਭਾਣੇ ਵਿੱਚ ਰਹਿੰਦੇ ਨੇ ਸਹੀ ਮਨਿਆਂ ਵਿੱਚ ਉਹ ਤੈਨੂੰ ਪਾਉਂਦੇ ਨੇ ਭਾਵੇਂ ਉਹ ਦੇਵ ਸੰਤਰ ਚ ਨੇ ਭਾਵੇਂ ਉਹ ਰਾਜੇ ਨੇ ਭਾਵੇਂ ਉਹ ਜੋਗੀ ਨੇ ਭਾਵੇਂ ਉਹ ਸੰਨਿਆਸੀ ਨੇ ਕਹਿੰਦੇ ਜਿਹੜੇ ਤੇਰੇ ਭਾਣੇ ਵਿੱਚ ਰਹਿੰਦੇ ਨੇ ਸਹੀ ਮਨਿਆਂ ਵਿੱਚ ਉਹ ਹੀ ਤੈਨੂੰ ਪਾਉਂਦੇ ਨੇ
ਤੁਧ ਭਾਣੇ ਤੂੰ ਭਾਵੈ ਨਾਨਕ ਏਕ ਕਹਿ ਬੇਨੰਤੀ। ਕਿਉਂਕਿ ਜਿਹੜੀ ਅਗਲੇ ਦੋ ਲੈਣਾ ਨੇ ਉੱਪਰ ਲੀਆਂ ਅਖੀਰਲੀਆਂ, ਇਹਦੇ ਵਿੱਚ ਮਹਾਰਾਜ ਨੇ ਸਾਨੂੰ ਪੂਰਾ ਚੋੜ ਕੱਟ ਕੇ ਦਿੱਤਾ ਗੱਲ ਦਾ ਕਿ ਜਾਂ ਤੁਧ ਭਾਵੈ ਨਾ ਇਹ ਰਚਾਵੈ। ਜਦੋਂ ਤੈਨੂੰ ਭਾ ਗਿਆ ਨਾ, ਉਹ ਨਾਮ ਵਿੱਚ ਰਚ ਵਿੱਚ ਗਿਆ ਤੇ ਗੁਣਾਂ ਨਾਲ ਜੁੜਿਆ, ਤੁਧ ਭਾਣੇ ਤੂੰ ਭਾਵੈ, ਤੇਰੇ ਭਾਣੇ ਵਿੱਚ ਆਇਆ ਜੀਵ ਤੈਨੂੰ ਭਾਉਂਦਾ ਹੈ, ਤੈਨੂੰ ਚੰਗਾ ਲੱਗਦਾ ਹੈ। ਨਾਨਕ ਏਕ ਕਹਿ ਬੇਨਤੀ, ਗੁਰੂ ਨਾਨਕ ਪਾਤਸ਼ਾਹ ਇੱਕ ਬੇਨਤੀ ਹੈ ਤੇਰੇ ਅੱਗੇ, ਹੋਰ ਸਗਲੇ ਕੂੜ ਕਮਾਵੈ। ਬਾਕੀ ਉੱਪਰ ਤੇ ਸਾਰਾ ਕੁਝ ਕਹਿੰਦੇ ਕੂੜ ਕਮਾਉਣ ਵਾਲੀ ਗੱਲ ਹੈ, ਦੋ ਲਿਖਾਵੇ ਵਾਲੀ ਗੱਲ ਹੈ। ਜੇ ਤੇਰੇ ਭਾਣੇ ਵਿੱਚ ਨਹੀਂ ਆਇਆ, ਭਾਵੇਂ ਉਹ ਘਰ ਬਾਰ ਛੱਡ ਬੈਠਾ, ਭਾਵੇਂ ਭਗੂਤ ਵਾਲੀ ਬੈਠਾ, ਤੇ ਭਾਵੇਂ ਉਹ ਜੋ ਮਰਜ਼ੀ ਕਰੀ ਬੈਠਾ, ਭਾਵੇਂ ਸੰਤਰ ਘੁੰਮ ਆਇਆ, ਭਾਵੇਂ ਧਾਰਮਿਕ ਪੁਸਤਕਾਂ ਦਾ ਗਿਆਨ ਵੀ ਕਰ ਲਿਆ, ਪਰ ਜੇ ਤੈਨੂੰ ਭਾਇਆ ਨਹੀਂ, ਤੇਰੇ ਭਾਣੇ ਵਿੱਚ ਨਹੀਂ ਆਇਆ, ਤੇ ਪਾਤਸ਼ਾਹ ਕਹਿੰਦੇ ਭਾਈ ਫਿਰ ਤੇ ਕੂੜ ਹੀ ਕਮਾਇਆ। ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ। ਹੁਣ ਇੱਥੇ ਪਾਤਸ਼ਾਹ ਕਹਿੰਦੇ ਕਿਉਂਕਿ ਤੂੰ ਵੱਡਾ, ਇਸ ਕਰਕੇ ਤੇਰੇ ਵਿੱਚੋਂ ਵਡਿਆਈਆਂ ਹੀ ਨਿਕਲਦੀਆਂ ਸਾਰੀਆਂ। ਚੰਗਾ ਚੰਗਾ ਹੋਈ, ਤੂੰ ਚੰਗਾ, ਇਸ ਕਰਕੇ ਤੇਰੀਆਂ ਚੰਗਿਆਈਆਂ ਹੈ। ਜੀਵ ਦੇ ਅੰਦਰ, ਸਾਡੇ ਅੰਦਰ ਵੀ ਇਹੀ ਹੈ, ਰੋਗੀ ਕਹਿ ਭਾਣਾ ਸਭ ਰੋਗੀ। ਜੇ ਮੈਂ ਚੋਰ ਹਾਂ, ਮੈਨੂੰ ਲੱਗਦਾ ਸਾਰੇ ਚੋਰ ਨੇ। ਜੇ ਮੈਂ ਰੋਗੀ ਹਾਂ, ਮੈਨੂੰ ਲੱਗਦਾ ਸਾਰੇ ਰੋਗੀ ਨੇ, ਕਿਉਂਕਿ ਜਿਹੋ ਜਿਹੀ ਸਾਡੀ ਦ੍ਰਿਸ਼ਟੀ ਹੈ। ਇਸ ਕਰਕੇ ਪਾਤਸ਼ਾਹ ਤੈਨੂੰ ਲੋਕਾਂ ਨੇ ਵੱਡਾ ਕਰਕੇ ਜਾਣਿਆ, ਤੇਰੇ ਗੁਣਾਂ ਨਾਲ ਸਾਂਝ ਪਾਈ ਤੇ ਅੰਦਰੋਂ ਚੰਗਿਆਈਆਂ ਨਿਕਲੀਆਂ। ਚੰਗਾ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ, ਕੂੜਾ ਕੋਈ ਨਾ ਕੋਈ। ਜੇ ਤੂੰ ਸੱਚਾ ਤਾਂ ਸਾਰੇ ਸੱਚੇ ਨੇ, ਕਹਿੰਦੇ ਫਿਰ ਝੂਠ ਕੋਈ ਨਜ਼ਰ ਹੀ ਨਹੀਂ ਆਇਆ ਝੂਠਾ ਸੰਸਾਰ ਦੇ ਵਿੱਚ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਇਹ ਆਖਣਾ ਬੋਲਣਾ ਚੱਲਣਾ ਇਹ ਜੀਵਨ ਇਹ ਮਰਨਾ, ਇਹ ਮਰ ਕਹਿੰਦੇ ਸਾਰਾ ਕੁਝ ਹੀ ਚਲਾਏਮਾਨ ਹੈ, ਸਥਿਰ ਰਹਿਣ ਵਾਲਾ ਨਹੀਂ। ਸਾਡੇ ਬੋਲ ਕਰਮ ਹੋ ਸਕਦਾ ਬਦਲ ਸਕਦੇ, ਬੰਦੇ ਦਾ ਸੁਭਾਅ ਬਦਲ ਸਕਦਾ, ਬੰਦੇ ਦੇ ਵਿਚਾਰ ਬਦਲ ਸਕਦੇ ਨੇ, ਸਭ ਕੁਝ ਚਲਾਏਮਾਨ ਹੈ ਇੱਥੇ ਕਹਿੰਦੇ। ਤੇ ਫਿਰ ਸਥਿਰ ਕੀ ਹੈ? ਹੁਕਮ ਸਾਜ ਹੁਕਮੇ ਵਿੱਚ ਰੱਖਿਆ ਨਾਨਕ ਸੱਚਾ ਆਪ, ਸੱਚਾ ਤੇ ਉਹ ਆਪ ਹੀ ਹੈ, ਕਿਉਂਕਿ ਹੁਕਮ ਵਿੱਚੋਂ ਸਾਰਾ ਕੁਝ ਸਾਜਦਾ ਹੈ ਤੇ ਹੁਕਮ ਵਿੱਚ ਹੀ ਰੱਖਦਾ ਇਸ ਸੰਸਾਰ ਨੂੰ, ਉਹਦੇ ਹੁਕਮ ਵਿੱਚੋਂ ਬਾਹਰ ਕੋਈ ਵੀ ਨਹੀਂ ਹੈ ਸੰਸਾਰ ਦਾ ਜੀਵ। ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ। ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਕੀ ਕਰਨਾ ਕਰ, ਜੇ ਤੂੰ ਆਪਣੇ ਇਸ ਜੀਵਨ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਨਾ ਚਾਹੁੰਦਾ, ਸਤਿਗੁਰ ਸੇਵ ਨਿਸੰਗ, ਉਹ ਸਤਿਗੁਰ ਨੂੰ ਬਿਨਾਂ ਸ਼ੰਕੇ ਤੋਂ ਸਿਮਰ। ਜਦ ਤੇਰੇ ਅੰਦਰ ਕੋਈ ਸ਼ੰਕਾ ਹੈ, ਕੋਈ ਭਰਮ ਹੈ, ਤੇਰਾ ਸਿਮਰਿਆ ਤੇਰਾ ਬੋਲਿਆ ਵਿਅਰਥ ਹੈ, ਕਿਉਂਕਿ ਜਦ ਤੱਕ ਭਰਮ ਰਹਿਣਗੇ ਵਿੱਚ ਤਦ ਤੱਕ ਕੁਝ ਪੱਲੇ ਨਹੀਂ ਪਏਗਾ, ਕਿਉਂਕਿ ਭਰਮਾਂ ਵਿੱਚ ਉਲਝਿਆ ਰਹੇਗਾ। ਇੱਥੇ ਮੈਂ ਸਤਿਗੁਰੂ ਸੇਵ ਨਿਸੰਗ, ਨਿਸੰਗ ਹੋ ਕੇ ਭਰਮ ਚੁਕਾਈਐ। ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ। ਜੋ ਸਤਿਗੁਰ ਨੇ ਕੰਮ ਕਰਨ ਨੂੰ ਕਿਹਾ ਹੈ ਨਾ, ਉਹ ਕਾਰ ਕਰ, ਉਹ ਕਮਾਉਣੀ ਕਰ, ਉਹਨੂੰ ਕਮਾ ਅੱਜ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਧਾਰਨ ਕਰ, ਸਤਿਗੁਰ ਨੇ ਬੋਲ ਬੋਲੇ ਨੇ ਤੈਨੂੰ। ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ। ਹਾਂ, ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰ ਫਿਰ ਦਇਆ ਦੇ ਘਰ ਵਿੱਚ ਆਉਂਦਾ ਤੇ ਉਦੋਂ ਬੰਦਾ ਨਾਮ ਧਿਆਉਂਦਾ।
ਉਨਾ ਚਿਰ ਨਾਮ ਨਹੀਂ ਧਿਆਉਂਦੇ ਅਸੀਂ। ਉਹਦੀ ਦਇਆ ਤੋਂ ਬਿਨਾਂ ਇਹ ਨਾਮ ਵਾਲੇ ਪਾਸੇ ਮਨੁੱਖ ਲੱਗ ਹੀ ਨਹੀਂ ਸਕਦਾ। ਉਦੋਂ ਧਿਆਉਂਦਾ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ। ਕਿਉਂਕਿ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਮਨੁੱਖਾ ਜਨਮ ਮਿਲਿਆ, ਤੇ ਮਹਾਰਾਜ ਸਮਝਾਉਂਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਉਦੋਂ ਫਿਰ ਭਗਤੀ ਦਾ ਲਾਹਾ ਲੈਂਦਾ, ਉਹਨੂੰ ਪਤਾ ਲੱਗ ਗਿਆ ਕਿ ਸਭ ਤੋਂ ਸ੍ਰੇਸ਼ਟ ਉਸ ਮਾਲਕ ਦੀ ਖੋਜ, ਉਹਦੇ ਨਾਲ ਜੁੜਨਾ ਹੀ ਹੈ। ਤੇ ਗੁਰਮੁਖ ਭਾਈ ਹੈ, ਇਹ ਭਗਤੀ ਕਿਵੇਂ ਪ੍ਰਾਪਤ ਹੁੰਦੀ? ਗੁਰਮੁਖ ਭਾਈ ਹੈ, ਗੁਰੂ ਵਾਲਾ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ ਹੀ, ਗੁਰਮੁਖ ਬਣ ਕੇ ਹੀ ਉਹਨੂੰ ਪਾਇਆ ਜਾ ਸਕਦਾ। ਮਨਮੁਖ ਕੂੜ ਗਵਾਰ ਕੂੜ ਕਮਾਈ ਹੈ। ਜਿਹੜਾ ਮਨਮੁਖ ਹੈ ਉਹਦੇ ਅੰਦਰ ਝੂਠ ਹੈ, ਅੰਦਰ ਗਵਾਰ ਹੈ, ਹਨੇਰਾ ਹੈ, ਇਸ ਕਰਕੇ ਭਾਈ ਮਨਮੁਖ ਬਣ ਕੇ ਤੇ ਕੂੜ ਹੀ ਕਮਾਇਆ ਜਾ ਸਕਦਾ। ਸੱਚਾ ਦੈ ਦਰ ਜਾਏ ਸੱਚ ਚਵਾਈ ਹੈ। ਉਹ ਸੱਚੇ ਦੇ ਦਰ ਤੇ ਜਾ ਕੇ ਸੱਚ ਨਾਲ ਚਮਾਉਣਾ ਹੁੰਦਾ, ਪ੍ਰੇਮ ਨਾਲ ਬੋਲਣਾ। ਪ੍ਰੇਮ ਦੀ ਬੋਲੀ ਦੁਆਰਾ ਹੀ ਉਸ ਮਾਲਕ ਨੂੰ ਰਜਾਇਆ ਜਾ ਸਕਦਾ। ਗੰਢ ਪ੍ਰੀਤੀ ਮਿੱਠੇ ਬੋਲ, ਪਿੱਛੇ ਬਾਰੇ ਦੱਸ ਆਏ ਨੇ ਗੁਰੂ ਨਾਨਕ ਪਾਤਸ਼ਾਹ, ਉਸ ਪਰਮਾਤਮਾ ਨਾਲ ਸਿਫ ਸਲਾਹ ਦੀ ਗੰਢ ਪਾ ਕੇ, ਪ੍ਰੀਤ ਵਾਲੇ ਬੋਲ ਬੋਲ ਕੇ, ਮਿੱਠੇ ਬੋਲ ਬੋਲ ਕੇ ਹੀ ਉਸ ਮਾਲਕ ਨਾਲ ਜੁੜਿਆ ਜਾ ਸਕਦਾ। ਕਿਉਂਕਿ ਉਹ ਪਰਮਾਤਮਾ ਮਿੱਠ ਬੋਲੜਾ ਹੈ, ਨਿੱਠ ਬੋਲੜਾ ਜੀ ਹਰ ਸੱਜਣ ਸਵਾਮੀ। ਹੋਰ ਇਹਦਾ ਸ਼ਬਦ ਹੈ ਚਬਾਉਣਾ, ਇਹ ਲਹਿੰਦੀ ਪੋਠੋ ਹਰ ਦੀ ਬੋਲੀ, ਇਹਨੂੰ ਉਸ ਤਰ੍ਹਾਂ ਆਪਾਂ ਕਹਿੰਦੇ ਬੋਲਣਾ, ਪਰ ਪ੍ਰੇਮ ਨਾਲ ਬੋਲਣ ਨੂੰ ਚਬਾਉਣਾ ਕਹਿੰਦੇ ਨੇ। ਸੱਚੈ ਅੰਦਰ ਮਹਿਲ ਸੱਚ ਬੁਲਾਈ ਹੈ। ਸੱਚੈ ਅੰਦਰ ਮਹਿਲ, ਹੁਣ ਇੱਥੇ ਪਾਤਸ਼ਾਹ ਸੱਚ ਦੇ ਹੋਣ ਕਰਕੇ ਹੀ ਕਹਿੰਦੇ, ਜੇ ਕੋਲੇ ਪੱਲੇ ਸੱਚ ਹੈ ਤਾਂ ਸੱਚੇ ਦੇ ਮਹਿਲ ਵਿੱਚ ਹੀ ਅੰਦਰ ਬੁਲਾਇਆ ਜਾਂਦਾ। ਜੇ ਪੱਲੇ ਸੱਚ ਹੀ ਨਹੀਂ, ਅਸੀਂ ਸੱਚਿਆਰ ਸਾਡਾ ਜੀਵਨ ਨਹੀਂ, ਤਾਂ ਉਹ ਸੱਚੇ ਦੇ ਮਹਿਲ, ਉਹ ਟਿਕਾਣੇ ਅੰਦਰ ਕਿਵੇਂ ਬੁਲਾਇਆ ਜਾਏਗਾ ਜੀਵ ਨੂੰ? ਕਿਉਂਕਿ ਸੱਚਿਆਰ ਬਣ ਕੇ ਹੀ ਸੱਚ ਨਾਲ ਜੁੜਿਆ ਜਾ ਸਕਦਾ ਹੈ। ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸੱਚਿਆਰ ਸੱਚ ਸਮਾਈ ਹੈ। ਇੱਥੇ ਪਾਤਸ਼ਾਹ ਕਹਿੰਦੇ ਨਾਨਕ, ਇਹ ਨਾਨਕ ਸੱਚ ਸਦਾ ਸੱਚਿਆ, ਉਹ ਸੱਚ ਨੂੰ ਸਦਾ ਹੀ ਸੱਚਿਆਰ ਬਣ ਕੇ ਹੀ ਸੱਚ ਦੁਆਰਾ ਉਹਦੇ ਵਿੱਚ ਸਮਾਇਆ ਜਾਂਦਾ ਹੈ। ਇਸ ਤਰ੍ਹਾਂ ਸਮਾਇਆ ਜਾ ਸਕਦਾ ਹੈ। ਜੇ ਉਹ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਸੱਚਿਆਰ ਬਣਾ। ਤੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਾਨੂੰ ਇਹ ਗੱਲ ਸੰਕੇਤ ਦਿੰਦੇ ਨੇ ਕਿ ਸੱਚਿਆਰਾ ਕੋਈ ਹੈ ਕਿ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ। ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਸੱਚਿਆਰ ਬਣਾ, ਤੇ ਸੱਚਿਆਰ ਬਣ ਕੇ ਉਹ ਸੱਚ ਨਾਲ ਜੁੜ ਸਕਦਾ ਹੈ। ਹਾਂਜੀ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।